ਸਮਾਰਟਫੋਨ ਆ ਚੁੱਕੇ ਆ, ਸਾਰੇ ਮਿਲਣਗੇ, ਕੋਈ ਗਲਤੀ ਨਹੀਂ, ਕੋਈ ਧੱਕਾ ਮੁੱਕੀ ਨਹੀਂ ਕਰੇਗਾ। ਆਪਾਂ ਜੀ ਨੂੰ ਮਿੱਠਾ ਕਰੋ ਜੀ, ਆਓ ਜੀ ਆਓ। 2018 ਦੀ ਦੀਵਾਲੀ 'ਤੇ ਮੰਤਰੀ ਬਾਦਲ ਜੀ ਕਹਿੰਦੇ ਸੀਗੇ ਬਈ ਆ ਦੀਵਾਲੀ 'ਤੇ ਐਤਕੀ ਅਸੀਂ ਵੰਡਦੇ ਨੇ, ਆ ਸਮਾਰਟਫੋਨ ਸਾਡਾ ਪੂਰਾ ਕੰਮ ਹੋ ਚੁੱਕਾ ਉਹਦੇ 'ਤੇ। ਫਿਰ ਉਸ ਤੋਂ ਬਾਅਦ ਨਹੀਂ ਵੰਡੇ ਅਤੇ ਕਹਿੰਦੇ ਖਜ਼ਾਨਾ ਖਾਲੀ ਹੈ। ਇਹ ਉਹਨਾਂ ਨੇ ਇੱਕ ਬਹਾਨਾ ਲਾਤਾ ਨੂੰ, ਇੱਕ ਤਰੀਕ ਦਿੱਤੀ ਗਈ ਕੈਪਟਨ ਜੀ ਵੱਲੋਂ, CM ਸਾਹਿਬ ਵੱਲੋਂ ਵੀ 26 ਜਨਵਰੀ ਨੂੰ ਅਸੀਂ ਫੋਨ ਲੈ ਲੈਣੇ ਅਤੇ ਅਸੀਂ ਦੇ ਦੇਣੇ ਨੇ ਐਤਕੀ। 26 ਜਨਵਰੀ ਨੂੰ ਫਿਰ ਕਿਹਾ ਗਿਆ ਖਜ਼ਾਨਾ ਖਾਲੀ ਹੈ। 2017 ਤੋਂ ਪਹਿਲੀ ਸਰਕਾਰ 'ਚ ਵੀ ਸੀ, ਕੀ ਉਹਨਾਂ ਨੂੰ ਉਦੋਂ ਨਹੀਂ ਪਤਾ ਸੀ ਜਦੋਂ ਵਾਅਦਾ ਕੀਤਾ ਵੀ ਖਜ਼ਾਨਾ ਖਾਲੀ ਹੈ? ਅੱਜ ਬਾਰ ਬਾਰ ਉਹੀ ਗੱਲਾਂ ਕਹੀ ਜਾਂਦੇ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਫਿਰ ਵਾਅਦੇ ਕਿਉਂ ਕੀਤੇ ਗਏ? ਦੇਖੋ ਜੀ, ਨੀਅਤ ਹੋਣੀ ਚਾਹੀਦੀ ਹੈ, ਫੰਡ ਤਾਂ ਆ ਜਾਂਦੇ ਆ, ਫੰਡ ਦੀ ਕਿਹੜੀ ਗੱਲ ਆ? ਦੇਖੋ ਸਾਰਿਆਂ ਕੋਲ ਫੋਨ ਨੇ, ਕੈਪਟਨ ਸਰਕਾਰ ਆਪਣੇ ਵਾਅਦਿਆਂ ਕਰਕੇ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ। ਕੈਪਟਨ ਸਰਕਾਰ ਨੇ ਚੋਣਾਂ ਦੇ ਵਿੱਚ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤਾ ਜਾਊਗਾ, ਪਰ 3 ਸਾਲ ਕਰੀਬ ਹੋਣ ਵਾਲੇ ਨੇ ਉਹਨਾਂ ਦੀ ਸਰਕਾਰ ਨੂੰ, ਕਿਸੇ ਨੂੰ ਹਜੇ ਸਮਾਰਟਫੋਨ ਨਹੀਂ ਮਿਲਿਆ। ਇਸੇ ਕਰਕੇ ਅੱਜ ਸਾਡੇ ਨਾਲ ਲੁਧਿਆਣਾ ਦੀ ਕਿਪਸ ਮਾਰਕੀਟ 'ਚ ਇੱਕ ਨੌਜਵਾਨ ਆਗੂ ਗੁਰਕਰਨ ਸਿੰਘ ਟਿੰਨਾ ਜੀ ਮੌਜੂਦ ਨੇ, ਜਿਨ੍ਹਾਂ ਨੇ ਇੱਕ ਅਨੋਖਾ ਪ੍ਰਦਰਸ਼ਨ, ਰੋਸ ਆਪਣਾ ਪ੍ਰਗਟ ਕਰਨ ਲਈ ਪ੍ਰਦਰਸ਼ਨ ਕਰ ਰਹੇ ਨੇ, ਸਮਾਰਟਫੋਨ ਵੰਡ ਰਹੇ ਨੇ। ਇੱਥੇ ਨੌਜਵਾਨਾਂ ਨੂੰ ਗੱਲਬਾਤ ਕਰ ਲੈਂਦੇ ਹਾਂ। ਸਰ, ਆ ਜਿਹੜੇ ਸਮਾਰਟਫੋਨ ਵੰਡ ਰਹੇ ਹੋ, ਕਿਵੇਂ, ਮਤਲਬ ਕਿੱਦਾਂ ਦੇ ਵੰਡ ਰਹੇ ਹੋ ਤੁਸੀਂ ਸਮਾਰਟਫੋਨ? ਸਮਾਰਟਫੋਨ ਬਾਰੇ ਦੱਸਦਾ, ਪਰ ਪਹਿਲੇ ਮੈਂ ਦੱਸ ਦਿਆਂ, ਤੁਸੀਂ ਕਿਹਾ ਵੀ ਕਾਂਗਰਸ ਦੀ ਸਰਕਾਰ ਆਪਣੇ ਵਾਅਦਿਆਂ ਕਰਕੇ ਚਰਚਾ 'ਚ ਰਹਿੰਦੀ ਹੈ, ਉਹ ਚਰਚਾ 'ਚ ਤਾਂ ਰਹਿੰਦੀ ਕਿ ਵਾਅਦੇ ਪੂਰੇ ਨਹੀਂ ਕੀਤੇ, ਇਸ ਗੱਲ ਦੀ ਚਰਚਾ ਹੀ ਰਹਿੰਦੀ ਹੈ, ਨਾ ਕਿ ਕੋਈ ਹੋਰ ਕੋਈ ਪੋਜ਼ਿਟਿਵਿਟੀ ਨਹੀਂ ਹੈ ਵੀ ਉਸ ਕਰਕੇ ਚਰਚਾ ਹੀ ਰਹਿੰਦੀ ਹੈ। ਦੂਜੀ ਗੱਲ ਜੀ, ਸਮਾਰਟਫੋਨ ਵੰਡੇ ਹੈ ਵੀ 2017 ਦੀ ਜਦੋਂ ਇਲੈਕਸ਼ਨ ਸੀਗੀ ਵਿਧਾਨ ਸਭਾ ਦੀ, ਉਦੋਂ ਕਾਂਗਰਸ ਨੇ ਮੈਨੀਫੈਸਟੋ 'ਚ ਕਿਹਾ ਸੀ ਵੀ ਸਾਰੇ ਯੂਥ ਨੂੰ ਅਸੀਂ ਸਮਾਰਟਫੋਨ ਦੇਵਾਂਗੇ, ਅਤੇ 2017 ਤੋਂ ਬਾਅਦ 2018 ਦੀ ਦੀਵਾਲੀ 'ਤੇ ਮੰਤਰੀ ਬਾਦਲ ਜੀ ਕਹਿੰਦੇ ਸੀਗੇ ਬਈ ਆ ਦੀਵਾਲੀ 'ਤੇ ਐਤਕੀ ਅਸੀਂ ਵੰਡਦੇ ਨੇ, ਆ ਸਮਾਰਟਫੋਨ ਸਾਡਾ ਪੂਰਾ ਕੰਮ ਹੋ ਚੁੱਕਾ ਉਹਦੇ 'ਤੇ। ਫਿਰ ਉਸ ਤੋਂ ਬਾਅਦ ਨਹੀਂ ਵੰਡੇ ਅਤੇ ਕਹਿੰਦੇ ਖਜ਼ਾਨਾ ਖਾਲੀ ਹੈ। ਇਹ ਉਹਨਾਂ ਨੇ ਇੱਕ ਬਹਾਨਾ ਲਾਤਾ ਛੱਬੀ ਜਨਵਰੀ ਨੂੰ, ਇੱਕ ਤਰੀਕ ਦਿੱਤੀ ਗਈ ਕੈਪਟਨ ਜੀ ਵੱਲੋਂ, CM ਸਾਹਿਬ ਵੱਲੋਂ ਵੀ 26 ਜਨਵਰੀ ਨੂੰ ਅਸੀਂ ਫੋਨ ਲੈ ਲੈਣੇ ਅਤੇ ਅਸੀਂ ਦੇ ਦੇਣੇ ਨੇ ਐਤਕੀ। 26 ਜਨਵਰੀ ਨੂੰ ਫਿਰ ਕਿਹਾ ਗਿਆ ਖਜ਼ਾਨਾ ਖਾਲੀ ਹੈ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ CM ਸਾਹਿਬ ਨੂੰ ਅਤੇ ਫਾਈਨਾਂਸ ਮਿਨਿਸਟਰ ਸਾਹਿਬ ਨੂੰ ਵੀ, ਇਹੀ ਫਾਈਨਾਂਸ ਮਿਨਿਸਟਰ 2017 ਤੋਂ ਪਹਿਲੀ ਸਰਕਾਰ 'ਚ ਵੀ ਸੀ, ਕੀ ਉਹਨਾਂ ਨੂੰ ਉਦੋਂ ਨਹੀਂ ਪਤਾ ਸੀ ਜਦੋਂ ਵਾਅਦਾ ਕੀਤਾ ਵੀ ਖਜ਼ਾਨਾ ਖਾਲੀ ਹੈ? ਅੱਜ ਬਾਰ ਬਾਰ ਉਹੀ ਗੱਲਾਂ ਕਹੀ ਜਾਂਦੇ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਫਿਰ ਵਾਅਦੇ ਕਿਉਂ ਕੀਤੇ ਗਏ? ਸਰ, ਪੰਜਾਬ ਦੇ ਖਜ਼ਾਨੇ ਖਾਲੀ ਦੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਐਡਾ ਫੰਡ ਕਿੱਥੋਂ ਜੁਟਾਇਆ? ਤੁਸੀਂ ਸਮਾਰਟਫੋਨ ਦੇ ਨੌਜਵਾਨਾਂ ਨੂੰ ਵੰਡ ਰਹੇ ਹੋ, ਤੁਹਾਡੇ ਕੋਲ ਫੰਡ ਕਿੱਥੋਂ ਆਏ? ਦੇਖੋ ਜੀ, ਨੀਅਤ ਹੋਣੀ ਚਾਹੀਦੀ ਹੈ, ਫੰਡ ਤਾਂ ਆ ਜਾਂਦੇ ਆ, ਫੰਡ ਦੀ ਕਿਹੜੀ ਗੱਲ ਆ? ਦੇਖੋ, ਸਾਰਿਆਂ ਕੋਲ ਫੋਨ ਨੇ, ਇਹ ਤਾਂ ਨੀਅਤ ਸੀਗੀ ਅਤੇ ਇਕੱਠੇ ਹੋ ਗਏ। ਨੀਅਤ ਸਾਫ਼ ਹੋਣੀ ਚਾਹੀਦੀ ਹੈ, ਬੇਸਿਕਲੀ ਸਰਕਾਰ ਦੀ ਨੀਅਤ 'ਚ ਖੋਟ ਹੈ, ਨੀਅਤ ਨਹੀਂ ਸਾਫ਼ ਹੈ। ਨੌਜਵਾਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ ਜਿਨ੍ਹਾਂ ਨੂੰ ਸਮਾਰਟਫੋਨ ਮਿਲੇ ਆ। ਸਰ, ਤੁਹਾਨੂੰ ਸਮਾਰਟਫੋਨ ਮਿਲਿਆ, ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਸਰ, ਮੈਨੂੰ ਬਹੁਤ ਖੁਸ਼ੀ ਹੈ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕੈਪਟਨ ਸਾਹਿਬ ਦਾ, ਕਿਉਂਕਿ ਇਹ ਸਮਾਰਟਫੋਨ ਜਿਹੜਾ ਦਿੱਤਾ ਨਾ, ਇਹਦੇ ਵਿੱਚ ਸਭ ਕੁਝ ਚੱਲਦਾ, ਗਾਣੇ ਵੀ ਚੱਲਣਗੇ, ਦੇਖੋ ਹੈ ਜਿਹੜਾ ਚੱਲ ਰਿਹਾ। ਬਟ ਮੈਂ ਪਹਿਲਾਂ ਇੱਕ ਨਾ ਕੈਪਟਨ ਸਾਹਿਬ ਨੂੰ ਫੋਨ ਕਰਕੇ ਧੰਨਵਾਦ ਦੇ ਦੇਵਾਂ ਉਹਨਾਂ ਦਾ, ਉਹਨਾਂ ਨੇ ਮੈਨੂੰ ਸਮਾਰਟਫੋਨ ਦਿੱਤਾ ਜਿਹਦਾ ਭਾਈ ਸਾਹਿਬ ਦੇ ਥਰੂ ਆਇਆ, ਜਾਂ ਜੋ ਵੀ ਆ, ਮੈਂ ਇੱਕ ਵਾਰ ਨੰਬਰ ਡਾਇਲ ਕਰ ਲਾਂ। ਸਤਿ ਸ਼੍ਰੀ ਅਕਾਲ ਕੈਪਟਨ ਸਾਹਿਬ। ਕੈਪਟਨ ਸਾਹਿਬ, ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਵਾਅਦਾ ਕੀਤਾ ਸੀ ਨਾ ਸਮਾਰਟਫੋਨ ਵੰਡਣ ਦਾ 2017 ਇਲੈਕਸ਼ਨਾਂ ਦੇ ਵਿੱਚ, ਤੁਸੀਂ ਤਾਂ ਚਲੋ ਕਰ ਨਹੀਂ ਸਕੇ, ਸਾਡੇ ਭਾਈ ਸਾਹਿਬ ਨੇ ਅੱਜ ਨਾ ਸਾਨੂੰ ਸਮਾਰਟਫੋਨ ਦਿੱਤਾ, ਅਤੇ ਮੈਨੂੰ ਇੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਇਹਦੇ ਵਿੱਚ ਗਾਣੇ ਵੀ ਚੱਲਦੇ ਨੇ, ਹੋਰ ਵੀ ਸਾਰਾ ਕੁਛ। ਹੁਣ ਮੈਨੂੰ ਇਹ ਉਮੀਦ ਹੈਗੀ ਕਿ ਕਿਉਂਕਿ ਮੈਂ ਬੇਰੁਜ਼ਗਾਰ ਹਾਂ, ਅਤੇ ਮੈਨੂੰ ਇਹ ਹੈ ਕਿ ਤੁਸੀਂ ਉਹ ਨੌਕਰੀ ਦਾ ਵੀ ਵਾਅਦਾ ਕੀਤਾ ਸੀਗਾ ਕੈਪਟਨ ਸਾਹਿਬ ਨੇ,
ਤੁਹਾਨੂੰ ਮੈਨੂੰ ਇਹ ਤੁਸੀਂ ਆਹ ਫੋਨ 'ਤੇ ਮੈਨੂੰ ਫੋਨ ਕਰਕੇ ਨੌਕਰੀ ਵੀ ਦਿਲਾਓਗੇ। ਸੋ ਕੈਪਟਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇਹੀ ਆਸ ਕਰੂੰਗਾ ਕਿ ਤੁਸੀਂ ਇੱਦਾਂ ਹੀ ਸਾਡਾ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦੀ ਇੱਛਾ ਪੂਰੀਆਂ ਕਰੋ ਜੋ ਵੀ ਹੈ। ਮੈਂ ਤੁਹਾਡਾ ਬਹੁਤ ਕੈਪਟਨ ਸਰਕਾਰ ਜਿੰਦਾਬਾਦ, ਪੰਜਾਬ ਸਰਕਾਰ ਜਿੰਦਾਬਾਦ। ਥੈਂਕ ਯੂ ਕੈਪਟਨ ਸਾਹਿਬ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਨ ਸਾਡੇ ਨਾਲ ਗੁਰਕਰਨ ਸਿੰਘ ਟਿੰਨਾ ਜੀ, ਜਿਹੜੇ ਇੱਕ ਅਨੋਖਾ ਰੋਸ ਪ੍ਰਗਟ ਕਰ ਰਹੇ ਨੇ, ਅਨੋਖੇ ਢੰਗ ਨਾਲ ਇੱਥੇ ਰੋਸ ਪ੍ਰਗਟ ਕਰ ਰਹੇ ਨੇ ਲੋਕਾਂ ਨੂੰ ਸਮਾਰਟਫੋਨ ਵੰਡ ਕੇ। ਵਧੇਰੀ ਜਾਣਕਾਰੀ ਲਈ ਲੁਧਿਆਣਾ ਟਾਈਮਸ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਲੁਧਿਆਣਾ ਟਾਈਮਸ।